ਹੈਲੋ ਏਵਰੀਵਨ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਇਟਸ ਜੀਕੇ ਗੁਰਜੀਤ 'ਤੇ। ਦੋਸਤੋ, ਅੱਜ ਦੀ ਵੀਡੀਓ ਮੋਸਟ ਇੰਪੋਰਟੈਂਟ ਹੋਣ ਜਾ ਰਹੀ ਹੈ, ਕਿਉਂਕਿ ਇਸ ਵੀਡੀਓ 'ਚ ਆਪਾਂ ਕਵਰ ਕਰਾਂਗੇ ਅਵਤਲ ਲਹਿੰਜ ਨਾਲ ਬਣੇ ਪ੍ਰਤੀਮ ਦੀ ਟ੍ਰਿਕ। ਹਾਂਜੀ, ਜਿੰਨੇ ਵੀ ਅਵਤਲ ਲਹਿੰਜ ਨਾਲ ਪ੍ਰਤੀਮ ਬਣਦੇ ਨੇ ਉਹਨਾਂ ਨੂੰ ਆਪਾਂ ਟ੍ਰਿਕ ਦੇ ਨਾਲ ਯਾਦ ਕਰਾਂਗੇ। ਇਸ ਤੋਂ ਇਲਾਵਾ ਅਵਤਲ ਦਰਪਣ ਅਤੇ ਉੱਤਲ ਦਰਪਣ ਨਾਲ ਜਿੰਨੇ ਵੀ ਪ੍ਰਤੀਮ ਬਣੇ ਹੋਏ ਨੇ ਉਹ ਆਪਾਂ ਟ੍ਰਿਕ ਨਾਲ ਯਾਦ ਕੀਤੇ ਹੋਏ ਨੇ। ਜੇਕਰ ਤੁਸੀਂ ਉਹ ਵੀਡੀਓ ਨਹੀਂ ਵੇਖੀ ਤਾਂ ਉਸ ਵੀਡੀਓ ਦਾ ਲਿੰਕ ਹੈ ਜਿਹੜਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬੋਕਸ 'ਚ ਤੁਹਾਨੂੰ ਮਿਲ ਜਾਏਗਾ, ਉੱਥੋਂ ਜਾ ਕੇ ਤੁਸੀਂ ਇਹ ਵੀਡੀਓ ਵੇਖ ਸਕਦੇ ਹੋ। ਇਸ ਤੋਂ ਇਲਾਵਾ ਉੱਤਲ ਲਹਿੰਜ ਨਾਲ ਬਣੇ ਵੀ ਪ੍ਰਤੀਮ ਆਪਾਂ ਟ੍ਰਿਕ ਦੇ ਨਾਲ ਯਾਦ ਕਰਾਂਗੇ। ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ। ਵੀਡੀਓ ਪਸੰਦ ਆਏ ਤਾਂ ਕਮੈਂਟ 'ਚ ਸਾਨੂੰ ਜ਼ਰੂਰ ਦੱਸਿਓ ਜੇ। ਜੇਕਰ ਤੁਸੀਂ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ, ਤਾਂ ਜੋ ਤੁਹਾਨੂੰ ਸਾਡੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਹੈ ਜਿਹੜੀ ਟਾਈਮ ਨਾਲ ਮਿਲਦੀ ਰਹੇ। ਹਾਂਜੀ, ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਹਾਂਜੀ, ਅੱਜ ਦੀ ਵੀਡੀਓ 'ਚ ਆਪਾਂ ਕਰਾਂਗੇ ਜੀ ਅਵਤਲ ਲਹਿੰਜ ਨਾਲ ਬਣੇ ਪ੍ਰਤੀਬਿੰਬ ਨੂੰ ਟ੍ਰਿਕ ਦੇ ਨਾਲ ਯਾਦ। ਅਵਤਲ ਲਹਿੰਜ ਨਾਲ ਜਿੰਨੇ ਵੀ ਪ੍ਰਤੀਬਿੰਬ ਬਣਦੇ ਨੇ ਉਹਨਾਂ ਨੂੰ ਆਪਾਂ ਟ੍ਰਿਕ ਦੇ ਨਾਲ ਯਾਦ ਕਰਾਂਗੇ। ਇਸ ਤੋਂ ਇਲਾਵਾ ਇੱਕ ਵੀਡੀਓ ਹੋਰ ਆਵੇਗੀ ਜੀ, ਉਸ ਵਿੱਚ ਆਪਾਂ ਉੱਤਲ ਲਹਿੰਜ ਨਾਲ ਜਿੰਨੇ ਵੀ ਪ੍ਰਤੀਬਿੰਬ ਬਣਦੇ ਨੇ ਉਹਨਾਂ ਨੂੰ ਵੀ ਆਪਾਂ ਟ੍ਰਿਕ ਦੇ ਨਾਲ ਯਾਦ ਕਰਾਂਗੇ। ਇਸ ਤੋਂ ਇਲਾਵਾ ਚੈਨਲ ਦੇ ਉੱਤੇ ਉੱਤਲ ਦਰਪਣ ਅਤੇ ਅਵਤਲ ਦਰਪਣ ਨਾਲ ਜਿੰਨੇ ਵੀ ਪ੍ਰਤੀਬਿੰਬ ਬਣਦੇ ਨੇ ਉਹਨਾਂ ਦੀ ਟ੍ਰਿਕ ਹੈ ਜਿਹੜੀ ਅਪਲੋਡ ਹੈਗੀ ਹੈ। ਜੇਕਰ ਤੁਸੀਂ ਉਹ ਵੀਡੀਓ ਨਹੀਂ ਵੇਖੀ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬੋਕਸ 'ਚ ਤੁਹਾਨੂੰ ਉਸਦਾ ਲਿੰਕ ਹੈ ਜਿਹੜਾ ਮਿਲ ਜਾਏਗਾ, ਉੱਥੋਂ ਜਾ ਕੇ ਤੁਸੀਂ ਉੱਤਲ ਦਰਪਣ ਨਾਲ ਜਿੰਨੇ ਵੀ ਪ੍ਰਤੀਬਿੰਬ ਬਣਦੇ ਨੇ ਉਹਨਾਂ ਦੀ ਟ੍ਰਿਕ ਹੈਗੀ ਹੈ ਅਤੇ ਅਵਤਲ ਦਰਪਣ ਨਾਲ ਜਿੰਨੇ ਵੀ ਪ੍ਰਤੀਬਿੰਬ ਬਣਦੇ ਨੇ ਉਹਨਾਂ ਦੀ ਵੀ ਟ੍ਰਿਕ ਹੈਗੀ ਹੈ। ਤੁਸੀਂ ਇਹ ਦੋਨੋਂ ਵੀਡੀਓ ਜ਼ਰੂਰ ਵੇਖਣੀਆਂ ਨੇ ਅਤੇ ਅੱਜ ਦੀ ਵੀਡੀਓ ਅਤੇ ਇਸ ਤੋਂ ਇਲਾਵਾ ਜਿਹੜੀ ਵੀਡੀਓ ਆਵੇਗੀ ਨੈਕਸਟ ਉੱਤਲ ਲਹਿੰਜ ਦੀ, ਇਹ ਚਾਰੇ ਵੀਡੀਓ ਤੁਸੀਂ ਵੇਖਣੀਆਂ ਨੇ। ਜੇਕਰ ਤੁਸੀਂ ਇਹ ਚਾਰੇ ਵੀਡੀਓ ਵੇਖ ਲੈਂਦੇ ਹੋ ਤਾਂ ਇਗਜ਼ਾਮ ਵਿੱਚ ਤੁਹਾਡਾ ਇੱਕ ਨੰਬਰ ਜਿਹੜਾ ਪੱਕਾ ਹੋ ਜਾਏਗਾ, ਕਿਉਂਕਿ ਇਗਜ਼ਾਮ ਵਿੱਚ ਇਹਨਾਂ ਨਾਲ ਰਿਲੇਟਡ ਜ਼ਰੂਰ ਕੁਸ਼ਚਨ ਪੁੱਛਿਆ ਜਾਂਦਾ ਹੈ। ਕੁਸ਼ਚਨ ਇਵੇਂ ਬਣ ਜਾਂਦਾ ਹੈ ਜਿਵੇਂ ਕਿ ਵਸਤੂ ਦੀ ਸਥਿਤੀ ਇਨਫਿਨਿਟੀ 'ਤੇ ਦਿੱਤੀ ਹੋਈ ਹੈ ਅਤੇ ਆਪਣੇ ਕੋਲ ਉੱਤਲ ਦਰਪਣ ਹੈਗਾ ਜਾਂ ਫਿਰ ਅਵਤਲ ਲਹਿੰਜ ਹੈਗਾ, ਇਸ ਤਰ੍ਹਾਂ ਇਹਨਾਂ ਵਿੱਚੋਂ ਕੋਈ ਵੀ ਹੋ ਸਕਦਾ ਹੈ। ਅਤੇ ਆਪਾਂ ਨੂੰ ਦੱਸਣਾ ਹੁੰਦਾ ਹੈ ਕਿ ਵਸਤੂ ਦੀ ਸਥਿਤੀ ਕਿੱਥੇ ਹੋਵੇਗੀ, ਕਿ ਵਸਤੂ ਦੀ ਸਥਿਤੀ ਜਿਵੇਂ ਫੋਕਸ 'ਤੇ ਹੋਵੇਗੀ ਜਾਂ ਫਿਰ ਉਹਦਾ ਆਕਾਰ ਕਿਸ ਤਰ੍ਹਾਂ ਬਣੇਗਾ, ਉਹਦੀ ਆਕਿਰਤੀ ਕਿਵੇਂ ਹੋਵੇਗੀ, ਛੋਟੀ ਹੋਵੇਗੀ ਜਾਂ ਫਿਰ ਜਿਹੜਾ ਵਸਤੂ ਦਾ ਕੀ ਹੈਗਾ ਉਹ ਪ੍ਰਤੀਬਿੰਬ ਕਿਵੇਂ ਬਣੇਗਾ, ਸਿੱਧਾ ਬਣੇਗਾ, ਉਲਟਾ ਬਣੇਗਾ, ਆਭਾਸੀ ਹੋਵੇਗਾ, ਇਸ ਤਰ੍ਹਾਂ ਦੇ ਕੁਸ਼ਚਨ ਪੁੱਛੇ ਜਾਂਦੇ ਨੇ। ਤਾਂ ਅੱਜ ਦੀ ਵੀਡੀਓ 'ਚ ਆਪਾਂ ਟ੍ਰਿਕ ਕਰਾਂਗੇ ਜੀ ਅਵਤਲ ਲਹਿੰਜ ਨਾਲ ਜਿੰਨੇ ਵੀ ਪ੍ਰਤੀਬਿੰਬ ਬਣਦੇ ਨੇ ਉਹਨਾਂ ਨੂੰ ਆਪਾਂ ਟ੍ਰਿਕ ਦੇ ਨਾਲ ਯਾਦ ਕਰਾਂਗੇ। ਨਾਲੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈਗੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਕਰਨਾ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਜੀ। ਹਾਂਜੀ, ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਹਾਂਜੀ, ਅਵਤਲ ਲਹਿੰਜ ਦੀ ਟ੍ਰਿਕ ਸਮਝਣ ਤੋਂ ਪਹਿਲਾਂ ਤੁਹਾਨੂੰ ਇਹ ਪੁਆਇੰਟ ਹੈ ਜਿਹੜੇ ਯਾਦ ਹੋਣੇ ਚਾਹੀਦੇ ਨੇ, ਪਤਾ ਹੋਣਾ ਚਾਹੀਦਾ ਇਹਨਾਂ ਪੁਆਇੰਟ ਬਾਰੇ। ਆਹ ਹੈਗਾ ਜੀ ਅਵਤਲ ਲਹਿੰਜ ਅਤੇ ਆਹ ਜਿਹੜਾ ਸੈਂਟਰ ਪੁਆਇੰਟ ਹੈਗਾ ਉਹ ਇਹਨੂੰ ਕਹਿੰਦੇ ਨੇ ਪ੍ਰਕਾਸ਼ਿਤ ਬਿੰਦੂ ਅਤੇ ਆਹ ਪੁਆਇੰਟ ਹੁੰਦਾ ਜੀ ਅਨੰਤ ਇਨਫਿਨਿਟੀ ਬਿੰਦੂ। ਐੱਫ ਹੈਗਾ ਜੀ ਫੋਕਸ ਪੁਆਇੰਟ ਅਤੇ ਇੱਧਰਲੀ ਸਾਈਡ ਵੀ ਆਹ ਹੈਗਾ ਜੀ ਅਨੰਤ ਬਿੰਦੂ। ਅਤੇ ਅਵਤਲ ਲਹਿੰਜ ਵਿੱਚ ਸਿਰਫ ਦੋ ਕੇਸ ਹੀ ਬਣਦੇ ਨੇ, ਦੋ ਪੁਜੀਸ਼ਨਾਂ 'ਤੇ ਹੀ ਆਪਾਂ ਜਿਹੜੀ ਕੀ ਕਹਿੰਦੇ ਵਸਤੂ ਨੂੰ ਰੱਖਦੇ ਹਾਂ। ਫਸਟ ਕੇਸ ਕੀ ਬਣੇਗਾ, ਜਦੋਂ ਵਸਤੂ ਅਨੰਤ ਬਿੰਦੂ 'ਤੇ ਪਈ ਹੋਵੇ। ਆਪਾਂ ਡਾਇਗਰਾਮ ਵਿੱਚ ਮੈਂਸ਼ਨ ਕਰ ਦਿੰਦੇ ਹਾਂ, ਜਿਵੇਂ
ਇਹਨੂੰ ਦਿੱਤਾ ਆਪਾਂ ਫਸਟ ਨੰਬਰ। ਜਦੋਂ ਵਸਤੂ ਅਨੰਤ 'ਤੇ ਪਈ ਹੋਵੇ, ਜਾਂ ਫਿਰ ਵਸਤੂ ਕਿੱਥੇ ਹੋਵੇਗੀ ਜੀ, ਜਾਂ ਫਿਰ ਵਸਤੂ ਪਈ ਹੋਵੇਗੀ ਅਨੰਤ ਅਤੇ ਫੋਕਸ ਦੇ ਵਿਚਕਾਰ, ਆ ਹੈਗਾ ਸੈਕਿੰਡ ਪੁਆਇੰਟ। ਇਸੇ ਤਰ੍ਹਾਂ ਵਸਤੂ ਦਾ ਜਿਹੜਾ ਪ੍ਰਤੀਬਿੰਬ ਕਿੱਥੇ ਬਣੇਗਾ, ਇਹਨੂੰ ਦੇਣਾ ਆਪਾਂ ਐੱਫ ਦੇ ਉੱਤੇ ਫਸਟ ਪੁਆਇੰਟ, ਐੱਫ ਅਤੇ ਸੈਂਟਰ ਵਿਚਕਾਰ ਆਪਾਂ ਜਿਹੜਾ ਆਪਾਂ ਪੁਆਇੰਟ ਦੇਣਾ ਹੈ ਸੈਕਿੰਡ। ਹੁਣ ਆਪਾਂ ਸਮਝਦੇ ਹਾਂ ਫਸਟ ਕੇਸ ਕੀ ਬਣੇਗਾ। ਵਸਤੂ ਦੀ ਸਥਿਤੀ, ਜਦੋਂ ਵਸਤੂ ਦੀ ਸਥਿਤੀ ਯਾਨੀ ਕਿ ਵਸਤੂ ਜਦੋਂ ਕਦ ਕਿੱਥੇ ਪਈ ਹੋਵੇ, ਅਨੰਤ 'ਤੇ, ਅਨੰਤ 'ਤੇ ਹੋਵੇ ਤਾਂ ਪ੍ਰਤੀਬਿੰਬ ਕਿੱਥੇ ਬਣੇਗਾ, ਪ੍ਰਤੀਬਿੰਬ, ਪ੍ਰਤੀਬਿੰਬ ਦੀ ਸਥਿਤੀ। ਇੱਕ ਵਾਰ ਮੈਂ ਨੋਟ ਕਰ ਲੈਣਾ ਫਿਰ ਤੁਹਾਨੂੰ ਸਮਝਾਉਣਾ। ਅੱਗੇ ਨੈਕਸਟ ਨੰਬਰ ਆਏਗਾ ਜੀ ਆਕਾਰ ਦਾ, ਆਕਾਰ, ਅਤੇ ਲਾਸਟ ਹੈਗਾ ਪ੍ਰਕਿਰਤੀ ਕਿ ਵਸਤੂ ਦੀ ਪ੍ਰਕਿਰਤੀ ਕਿਵੇਂ ਹੋਵੇਗੀ, ਕਿ ਵਸਤੂ ਦਾ ਸਾਈਜ਼ ਹੈ ਜਿਹੜਾ, ਕਹਿਣ ਦਾ ਮਤਲਬ ਕਿ ਵਸਤੂ ਦੀ ਜਿਹੜੀ ਪੁਜੀਸ਼ਨ ਬਣੇਗੀ, ਇਮੇਜ ਬਣੇਗੀ, ਉਹ ਸਿੱਧੀ ਹੋਵੇਗੀ ਜਾਂ ਉਲਟੀ ਹੋਵੇਗੀ, ਕਿਸ ਤਰ੍ਹਾਂ ਦੀ ਉਹ ਪ੍ਰਕਿਰਤੀ ਹੋਵੇਗੀ। ਅਤੇ ਫਸਟ ਕੇਸ ਕੀ ਹੈਗਾ, ਜਦੋਂ ਵਸਤੂ ਕਿੱਥੇ ਪਈ ਹੋਵੇ, ਅਨੰਤ 'ਤੇ, ਜਿਵੇਂ ਇੱਥੇ ਆਪਾਂ ਵਸਤੂ ਰੱਖੀ ਹੈ। ਅਤੇ ਵਸਤੂ ਦੀ ਜਿਹੜਾ ਪ੍ਰਤੀਬਿੰਬ ਕਿੱਥੇ ਬਣੇਗਾ, ਪ੍ਰਤੀਬਿੰਬ ਦੀ ਸਥਿਤੀ। ਹੁਣ ਤੁਸੀਂ ਵੇਖੋ ਜੀ ਇੱਕ ਨੰਬਰ ਨੂੰ ਇੱਕ ਨੰਬਰ ਨਾਲ ਮੈਚ ਕਰਨਾ ਅਤੇ ਕੀ ਹੋਵੇਗੀ, ਵਸਤੂ ਦੀ ਸਥਿਤੀ ਕਿੱਥੇ ਬਣੇਗੀ, ਫੋਕਸ 'ਤੇ, ਐੱਫ 'ਤੇ, ਐੱਫ 'ਤੇ ਬਣੇਗੀ। ਅਤੇ ਸਾਈਜ਼ ਕੀ ਹੋਏਗਾ, ਆਕਾਰ ਮਤਲਬ ਕੀ ਹੋਏਗਾ, ਬਹੁਤ ਛੋਟਾ, ਬਹੁਤ ਛੋਟਾ, ਯਾਨੀ ਕਿ ਡੋਟ ਦੇ ਬਰਾਬਰ। ਅਤੇ ਆਕ੍ਰਿਤੀ ਕਿਵੇਂ ਹੋਵੇਗੀ, ਇਹਦੀ ਪ੍ਰਕਿਰਤੀ ਕਿਵੇਂ ਹੋਵੇਗੀ ਵਸਤੂ ਦੀ, ਉਹ ਹੋਵੇਗੀ ਜੀ ਸਿੱਧੀ ਅਤੇ ਆਭਾਸੀ, ਸਿੱਧੀ ਅਤੇ ਆਭਾਸੀ। ਸੈਕਿੰਡ ਵੇਖਦੇ ਹਾਂ, ਸੈਕਿੰਡ ਕੀ ਇਹਦਾ ਕੇਸ ਬਣੇਗਾ, ਜਦੋਂ ਵਸਤੂ ਕਿੱਥੇ ਪਈ ਹੋਵੇਗੀ, ਅਨੰਤ ਅਤੇ ਫੋਕਸ ਦੇ ਵਿਚਕਾਰ, ਅਨੰਤ ਅਤੇ ਫੋਕਸ ਦੇ ਵਿਚਕਾਰ ਸੈਕਿੰਡ ਕੇਸ ਬਣੇਗਾ, ਜਦੋਂ ਵਸਤੂ ਦੀ ਸਥਿਤੀ ਕਿੱਥੇ ਹੋਵੇਗੀ, ਅਨੰਤ ਅਤੇ ਫੋਕਸ ਦੇ ਵਿਚਕਾਰ। ਹੁਣ ਤੁਸੀਂ ਸੈਕਿੰਡ ਨੂੰ ਸੈਕਿੰਡ ਨਾਲ ਮੈਚ ਕਰਨਾ ਜੀ, ਇਹਨੂੰ ਆਪਾਂ ਇਸ ਦੇ ਨਾਲ ਮੈਚ ਕਰਾਂਗੇ ਤਾਂ ਪ੍ਰਤੀਬਿੰਬ ਦੀ ਸਥਿਤੀ ਕਿੱਥੇ ਹੋ ਜਾਏਗੀ, ਫੋਕਸ ਅਤੇ ਬਿੰਦੂ ਓ ਦੇ ਵਿਚਕਾਰ, ਐੱਫ ਅਤੇ ਓ ਦੇ ਵਿਚਕਾਰ, ਐੱਫ ਅਤੇ ਓ ਦੇ ਵਿਚਕਾਰ। ਅਤੇ ਵਸਤੂ ਦਾ ਸਾਈਜ਼ ਕਿਵੇਂ ਹੋਏਗਾ, ਛੋਟਾ, ਸਾਈਜ਼ ਕੀ ਹੋ ਗਿਆ, ਛੋਟਾ। ਹਾਂਜੀ, ਇਸ ਸਾਈਡ ਜਦੋਂ ਚੱਲਦੇ ਜਾਵਾਂਗੇ ਇਸ ਸਾਈਡ, ਤਾਂ ਕੀ ਹੈ, ਸਾਈਜ਼ ਡੋਟ ਤੋਂ ਹੌਲੀ ਹੌਲੀ ਵੱਡਾ ਹੁੰਦਾ ਜਾਵੇਗਾ। ਪਹਿਲਾਂ ਕੀ ਸੀ, ਜਦੋਂ ਵਸਤੂ ਅਨੰਤ 'ਤੇ ਹੈਗੀ ਸੀ ਤਾਂ ਸਾਈਜ਼ ਕੀ ਸੀ, ਡੋਟ ਦੇ ਬਰਾਬਰ, ਯਾਨੀ ਕਿ ਬਹੁਤ ਛੋਟਾ ਹੈਗਾ ਸੀ। ਅਤੇ ਸੈਕਿੰਡ ਕੇਸ 'ਚ ਜਦੋਂ ਅਨੰਤ 'ਤੇ ਫੋਕਸ ਦੇ ਵਿਚਕਾਰ ਵਸਤੂ ਪਈ ਹੈ ਤਾਂ ਸਾਈਜ਼ ਕੀ ਹੈਗਾ, ਛੋਟਾ ਹੈਗਾ। ਅਤੇ ਇਹਦੀ ਪ੍ਰਕਿਰਤੀ ਕਿਵੇਂ ਹੋਵੇਗੀ, ਨੇਚਰ ਕਿਹਦਾ ਹੋਵੇਗਾ, ਤਾਂ ਉਹ ਹੋਵੇਗਾ ਜੀ ਸਿੱਧਾ ਅਤੇ ਆਭਾਸੀ, ਸਿੱਧਾ ਅਤੇ ਆਭਾਸੀ। ਤੁਸੀਂ ਦੋ ਪੁਆਇੰਟ ਜਿਹੜੇ ਯਾਦ ਰੱਖਣੇ ਹੈ, ਜੇਕਰ ਪ੍ਰਤੀਬਿੰਬ ਕੀ ਹੋਵੇ, ਆਭਾਸੀ, ਤਾਂ ਉਹ ਹਮੇਸ਼ਾ ਕੀ ਬਣੇਗਾ ਜੀ, ਸਿੱਧਾ।
ਤੇ ਜੇਕਰ ਪ੍ਰਤੀਬਿੰਬ ਕੀ ਹੋਵੇ ਵਾਸਤਵਿਕ ਤਾਂ ਉਹ ਕੀ ਬਣੇਗਾ ਜੀ ਉਲਟਾ। ਫਿਰ ਤੋਂ ਰਿਪੀਟ ਕਰ ਦਿੰਦੇ ਹਾਂ, ਦੋ ਪੁਆਇੰਟ ਤੁਸੀਂ ਯਾਦ ਰੱਖਣੇ ਹੈ। ਜੇਕਰ ਪ੍ਰਤੀਬਿੰਬ ਕੀ ਹੋਵੇਗਾ ਆਭਾਸੀ ਹੋਵੇਗਾ ਤਾਂ ਉਹ ਕੀ ਬਣੇਗਾ ਹਮੇਸ਼ਾ ਸਿੱਧਾ ਬਣੇਗਾ, ਜੇਕਰ ਪ੍ਰਤੀਬਿੰਬ ਕੀ ਹੋਵੇਗਾ ਵਾਸਤਵਿਕ ਤਾਂ ਉਹ ਹਮੇਸ਼ਾ ਕੀ ਬਣੇਗਾ ਉਲਟਾ। ਇਹਨੂੰ ਆਪਾਂ ਕਿਵੇਂ ਯਾਦ ਕਰਨਾ ਇੱਕ ਟ੍ਰਿਕ ਤੁਹਾਨੂੰ ਦੱਸ ਦੇਣਾ ਮੈਂ, ਇਹਨੂੰ ਇਰੇਜ਼ ਕਰ ਦੇਣਾ। ਤੁਸੀਂ ਆਭਾਸੀ ਸਿੱਧਾ ਅਤੇ ਵਾਸਤਵਿਕ ਉਲਟਾ ਕਿਵੇਂ ਯਾਦ ਕਰਨਾ, ਇਹਦੇ ਵਿੱਚ ਕਨਫਿਊਜ਼ਨ ਰਹਿੰਦੀ ਹੈ ਹਮੇਸ਼ਾ, ਇਹਨੂੰ ਤੁਸੀਂ ਯਾਦ ਕਰਨਾ ਜੀ, ਇੱਕ ਟ੍ਰਿਕ ਬਣਾ ਦੇਣਾ। ਠੀਕ ਹੈਗੀ ਹੈ ਜੀ, ਅੱਸੀ ਅੱਸੀ ਵੀ ਉਲਟੇ ਯਾਦ ਕਿਵੇਂ ਕਰਨੀ ਹੈ ਕਿ ਆਪਾਂ ਕਨਫਿਊਜ਼ ਹੋ ਜਾਂਦੇ ਹਾਂ ਕਿ ਲੈਂਜ ਵਿੱਚ ਜਿਹੜਾ ਪ੍ਰਤੀਬਿੰਬ ਕਿਵੇਂ ਬਣੇਗਾ, ਆਭਾਸੀ ਬਣੇਗਾ ਉਲਟਾ ਬਣੇਗਾ ਸਿੱਧਾ ਬਣੇਗਾ। ਅਤੇ ਆਪਾਂ ਟ੍ਰਿਕ ਵੀ ਇਹ ਜੀ ਬਣਾਤੀ ਕਿ ਅੱਸੀ ਵੀ ਉਲਟੇ, ਅੱਸੀ ਤੋਂ ਐ ਤੋਂ ਆਭਾਸੀ, ਜੇਕਰ ਆਭਾਸੀ ਹੋਵੇਗਾ ਤਾਂ ਕੀ ਬਣੇਗਾ ਸੀ ਤੋਂ ਸਿੱਧਾ, ਵੀ ਤੋਂ ਜੇਕਰ ਵਾਸਤਵਿਕ ਹੋਏਗਾ ਤਾਂ ਕੀ ਬਣੇਗਾ ਉਲਟਾ ਬਣੇਗਾ। ਹਾਂਜੀ, ਇਹ ਦੋ ਪੁਆਇੰਟ ਤੁਸੀਂ ਯਾਦ ਰੱਖਣੇ ਸੀ। ਜੇਕਰ ਵਸਤੂ ਅਨੰਤ 'ਤੇ ਪਈ ਹੋਵੇਗੀ ਤਾਂ ਉਹਦਾ ਜਿਹੜਾ ਪ੍ਰਤੀਬਿੰਬ ਕਿੱਥੇ ਬਣੇਗਾ ਫੋਕਸ 'ਤੇ, ਅਤੇ ਜੇਕਰ ਅਨੰਤ ਅਤੇ ਫੋਕਸ ਦੇ ਵਿਚਕਾਰ ਹੋਵੇਗੀ ਤਾਂ ਕਿੱਥੇ ਬਣੇਗਾ ਜੀ ਫੋਕਸ ਅਤੇ ਪੁਆਇੰਟ ਉਹ ਦੇ ਵਿਚਕਾਰ। ਹਾਂਜੀ, ਇਹ ਤੁਸੀਂ ਜਿਹੜਾ ਦੋ ਤਿੰਨ ਵਾਰੀ ਕਾਪੀ 'ਤੇ ਬਣਾ ਕੇ ਵੇਖ ਲੈਣਾ, ਫਿਰ ਤੁਸੀਂ ਇਹ ਟ੍ਰਿਕ ਹੈ ਜਿਹੜੀ ਕਦੇ ਨਹੀਂ ਭੁੱਲੋਗੇ। ਅਵਤਲਿਆਂ ਦੇ ਨਾਲ ਜਿੰਨੇ ਵੀ ਪ੍ਰਤੀਬਿੰਬ ਬਣਦੇ ਨੇ ਸਿਰਫ ਦੋ ਕੇ ਸੀ ਬਣਦੇ ਨੇ, ਅਤੇ ਦੂਜਾ ਆਪਾਂ ਕਰਾਂਗੇ ਉੱਤਲਿਆਂ 'ਚ ਨੈਕਸਟ ਵੀਡੀਓ 'ਚ। ਉੱਤਲਿਆਂ ਵਿੱਚ ਕਿੰਨੇ ਕੇਸ ਬਣਦੇ ਨੇ? 6 ਕੇਸ ਬਣਦੇ ਨੇ। ਹਾਂਜੀ, ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ, ਅਤੇ ਪਲੀਜ਼ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਆਪਣੇ ਦੋਸਤਾਂ ਦੇ ਨਾਲ, ਵਟਸਐਪ ਫੇਸਬੁੱਕ ਇੰਸਟਾਗ੍ਰਾਮ ਜਿੱਥੇ ਵੀ ਤੁਸੀਂ ਕਰ ਸਕਦੇ ਹੋ, ਜ਼ਿਆਦਾ ਤੋਂ ਜ਼ਿਆਦਾ ਵੀਡੀਓ ਸ਼ੇਅਰ ਕਰਿਓ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਆਹ ਵੀਡੀਓ ਕਿਵੇਂ ਲੱਗੀ ਹੈ, ਤਾਂ ਜੋ ਮੈਂ ਤੁਹਾਡੇ ਜਿਹੜੀ ਨੈਕਸਟ ਵੀਡੀਓ ਹੈਗੀ ਹੈ ਉੱਤਲੇ ਦੀ ਉਹ ਵੀ ਜਲਦ ਤੋਂ ਜਲਦ ਅਪਲੋਡ ਕਰਾਂ। ਹਾਂਜੀ, ਮਿਲਦੇ ਹਾਂ ਨੈਕਸਟ ਵੀਡੀਓ 'ਚ, ਉਦੋਂ ਤੱਕ ਦੇ ਲਈ ਟੇਕ ਕੇਅਰ।